ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅਸੀਂ ਆਪ ਜੀ ਨੂੰ ਪਹਿਲੇ ਹੋਰ ਜਿਹੜੇ ਦਿਖਾਏ ਨੇ ਪ੍ਰਬੰਧਕ ਕਮੇਟੀ ਵੱਲੋਂ ਲੱਗੇ ਸਟਾਲ ਤੇ ਹੋਰ ਜੋ ਇਸ ਟਾਈਮ ਹੋ ਰਿਹਾ, ਇੱਥੇ ਹੁਣ ਮੇਰੇ ਨਾਲ ਸਾਬਕਾ ਮੈਂਬਰ ਹੈਗੇ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀਰ ਇੰਦਰਜੀਤ ਸਿੰਘ ਜੀ ਮੋਂਟੀ, ਤੇ ਇਹਨਾਂ ਕੋਲੋਂ ਥੋੜਾ ਜਾਣਦੇ ਆ ਜਿਹੜਾ ਪ੍ਰਬੰਧ ਚੱਲ ਰਹੇ ਨੇ ਇਹ ਜਿਹੜਾ ਸਾਰਾ ਹੈ ਇਹਦੇ ਬਾਰੇ ਦੱਸਣ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਇਹ ਜਿਹੜਾ ਚੱਲ ਰਿਹਾ ਜਿਸ ਤਰ੍ਹਾਂ ਬੇਸਿਕ ਆਫ ਸਿੱਖੀ ਸਿੱਖ ਫੁਲਵਾੜੀ ਤੇ ਅੰਦਰ ਜਿਹੜੇ ਚੱਲ ਰਹੇ ਨੇ ਇਹਨਾਂ ਬਾਰੇ ਥੋੜਾ ਬਹੁਤ ਦੱਸੋ ਇਹ ਜਿਹੜਾ ਚੱਲ ਰਿਹਾ ਇਹ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੋ ਰਿਹਾ ਤੇ ਇਹਦੇ ਵਿੱਚ ਕੀ ਹੋ ਰਿਹਾ, ਕਿਸ ਤਰ੍ਹਾਂ ਹੈ, ਥੋੜਾ ਇਹਦੇ ਬਾਰੇ ਦੱਸੋ ਵੀਰ ਜੀ। ਸਾਰਾ ਜਿੰਨਾ ਵੀ ਇੱਥੇ ਆਪ ਜੀ ਇੰਤਜ਼ਾਮ ਦੇਖ ਰਹੇ ਹੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਸਮੂਹ ਗੁਰੂ ਨਾਨਕ ਨਾਮ ਲੇਵਾ ਸਤਸੰਗਤ ਮਨਾ ਰਹੀ ਹੈ ਤੇ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉ ਘਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਵਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਹਮੇਸ਼ਾ ਹੀ ਚਾਹੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹੋਈਏ ਚਾਹੇ ਦਸਮ ਪਾਤਸ਼ਾਹ ਦਾ ਜਾਂ ਵਿਸਾਖੀ ਦਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਬੇਸਿਕਸ ਆਫ ਸਿੱਖੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਾਡੇ ਵੀਰ ਇੰਗਲੈਂਡ ਵਾਲੇ ਉਹਨਾਂ ਨੇ ਸਟਾਰਟ ਕੀਤਾ ਸੀ ਅੱਜ ਉਹ ਨਹੀਂ ਨੇ ਔਰ ਸਿੱਖ ਫੁਲਵਾੜੀ ਜਿਹੜੀ ਹੈ ਉਹਦੇ ਵਿੱਚ ਬੱਚਿਆਂ ਦੇ ਵਾਸਤੇ ਬਹੁਤ ਐਸੀਆਂ ਚੀਜ਼ਾਂ ਨੇ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ ਉਹਨਾਂ ਨੂੰ ਜਾਣੂ ਕਰਵਾਉਂਦੀਆਂ ਨੇ ਔਰ ਜਿਸ ਤਰ੍ਹਾਂ ਲੋਹਗੜ੍ਹ ਇੱਕ ਦਿਖਾਇਆ ਗਿਆ ਉਹਦੇ 'ਚ ਉਹਦੇ ਸ਼ਸਤਰ ਦੱਸੇ ਗਏ ਨੇ ਕਿ ਕਿਹੜੇ ਕਿਹੜੇ ਸ਼ਸਤਰ ਕਿਸ ਕਿਸ ਸਮੇਂ ਯੁੱਧ ਕਲਾ ਦੇ ਵਿੱਚ ਵਰਤੇ ਜਾਂਦੇ ਸਨ ਪੁਰਾਤਨ ਸਿੰਘਾਂ ਦੁਆਰਾ ਔਰ ਕਿਹੜੇ ਸ਼ਸਤਰ ਦਾ ਕੀ ਨਾਂ ਹੈ। ਐਵੇਂ ਹੀ ਡਰਾਇੰਗ ਕੰਪੀਟੀਸ਼ਨ ਹੈ, ਟਰਬਨ ਕੰਪੀਟੀਸ਼ਨ ਹੈ, ਦੁਮਾਲਾ ਟਾਈਂਗ ਕੰਪੀਟੀਸ਼ਨ, ਦੁਮਾਲਾ ਟਾਈਂਗ ਸਿਖਾਇਆ ਦੁਮਾਲਾ ਟਾਈਂਗ ਕਰਨਾ ਸਿਖਾਇਆ ਜਾਂਦਾ ਹੈ ਔਰ ਗੁਰਸਿੱਖੀ ਦੀਆਂ ਡਰਾਇੰਗਸ ਔਰ ਕੁਇਜ਼ ਔਰ ਉਸ ਇੱਕ ਸ਼ਾਰਟ ਮੂਵੀ ਵੀ ਉਹਦੇ ਵਿੱਚ ਦਿਖਾਈ ਜਾਂਦੀ ਹੈ। ਹੁਣੇ ਅਸੀਂ ਚੱਲਾਂਗੇ ਉੱਥੇ ਦੇਖਾਂਗੇ ਸਾਰਾ ਸਿੱਖ ਫੁਲਵਾੜੀ ਦੇ ਵਿੱਚ ਔਰ ਜਿੱਥੇ ਤੱਕ ਧਾਰਮਿਕ ਪੁਸਤਕਾਂ ਦਾ ਸਟਾਲ ਹੈ ਉਹਦੇ ਵਿੱਚ ਲਗਭਗ ਸਿੱਖ ਧਰਮ ਦੀਆਂ ਸਾਰੀਆਂ ਹੀ ਬੁੱਕਸ ਜਿਹੜੀਆਂ ਕਿ ਗੁਰਮਤਿ ਦੀ ਕਸੌਟੀ 'ਤੇ ਖਰੀਆਂ ਉਤਰਦੀਆਂ ਨੇ ਉਹ ਸਾਰੀਆਂ ਇੱਥੇ ਲਗਾਈਆਂ ਜਾਂਦੀਆਂ ਨੇ ਔਰ ਵਿਸ਼ੇਸ਼ ਕਰਕੇ ਇਹਨਾਂ ਦਿਨਾਂ ਦੇ ਵਿੱਚ ਪੁਸਤਕਾਂ ਦੇ ਉੱਤੇ ਵਿਸ਼ੇਸ਼ ਛੂਟ ਵੀ ਦਿੱਤੀ ਜਾਂਦੀ ਹੈ। ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਸ ਸਮੇਂ ਪੁਸਤਕ ਪ੍ਰਦਰਸ਼ਨੀ ਔਰ ਚਿੱਤਰ ਪ੍ਰਦਰਸ਼ਨੀ ਵੀ ਚੱਲ ਰਹੀ ਹੈ ਉਸ ਦੇ ਵਿੱਚ ਵੀ ਇਹ ਪੁਸਤਕ ਸਟਾਲ ਲੱਗਦੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੁਹਾਡੇ ਪਿਛਲੇ ਪਾਸੇ ਜਿਹੜਾ ਸਟਾਲ ਲੱਗਿਆ ਹੋਇਆ ਉਹਦੇ ਵਿੱਚ ਸਾਰੀਆਂ ਧਾਰਮਿਕ ਰਿਲੇਟਿਡ ਪੁਸਤਕਾਂ ਨੇ ਨਾਲ ਹੀ ਉਸ ਪਾਸੇ ਰਾਈਟ ਹੈਂਡ ਸਾਈਡ 'ਤੇ ਸ਼ਾਨੇ ਦਸਤਾਰ ਕੰਪੀਟੀਸ਼ਨ ਦਾ ਲੱਗਿਆ ਹੋਇਆ ਹੈ, ਬੱਚੇ ਉੱਥੇ ਦਸਤਾਰ ਬੰਨ ਰਹੇ ਨੇ। ਉਸ ਤੋਂ ਇਲਾਵਾ ਇਸ ਪਾਸੇ ਗੁਰਬੀਰ ਸਿੰਘ ਜਿਹੜਾ ਪਿਛਲੇ ਦਿਨ ਸਪਟੈਂਬਰ ਦੇ ਵਿੱਚ ਰੋਡ ਰੇਜ ਦੇ ਵਿੱਚ ਉਹਨੂੰ ਇੱਕ ਨਸ਼ੇ ਦੇ ਵਿੱਚ ਚੂਰ ਬੰਦੇ ਨੇ ਸਿਗਰਟ ਦਾ ਧੂੰਆਂ ਪੀਂਦੇ ਹੋਏ ਉਹਦੇ ਮੂੰਹ 'ਤੇ ਜਦੋਂ ਮਾਰਿਆ ਤੇ ਉਸ ਤੋਂ ਬਾਅਦ ਪਿੱਛੇ ਜਾ ਕੇ ਉਹਦੀ ਕਾਰ ਨੂੰ ਮਾਰਿਆ, ਆਪਣੀ ਕਾਰ ਤੋਂ ਉਹਦੀ ਮੋਟਰਸਾਈਕਲ ਨੂੰ ਮਾਰਿਆ ਔਰ ਉਹ ਮੁੰਡਾ ਹਾਲੇ ਵੀ ਜਿਹੜਾ ਬਹੁਤ ਜ਼ਿਆਦਾ ਉਹ ਸੀਰੀਅਸ ਹੈ ਔਰ ਦੂਸਰਾ ਮੁੰਡਾ ਜਿਹੜਾ ਹੈ ਉਹ ਗੁਰਪ੍ਰੀਤ ਸਿੰਘ ਦੀ ਡੈਥ ਹੋ ਚੁੱਕੀ ਹੈ ਔਰ ਉਹ ਉਸਦੇ ਵਾਸਤੇ ਡਿਫਰੈਂਟ ਸਟਾਲ ਲੱਗੇ ਹੋਏ ਨੇ। ਇਸ ਤਰ੍ਹਾਂ ਫ੍ਰੀ ਹੋਮਿਓਪੈਥਿਕ ਕੈਂਪ ਲੱਗਿਆ ਹੋਇਆ ਹੈ ਲੰਗਰ ਦਾ ਔਰ ਬਾਕੀ ਸਾਰੇ ਇੰਤਜ਼ਾਮ ਇਸ ਪ੍ਰਾਈਮਿਸਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇਹ ਇੱਕੋ ਇੱਕ ਮਕਸਦ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਬਾਣੀ ਅਤੇ ਬਾਣੇ ਨਾਲ ਜੋੜਿਆ ਜਾਵੇ ਔਰ ਬੱਚਿਆਂ ਨੂੰ ਅੱਜ ਦੇ ਦਿਨ ਦਾ ਮਹੱਤਵ ਪਤਾ ਲੱਗ ਸਕੇ ਕਿ ਜੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਅਸੀਂ ਮਨਾਉਣ ਆਏ ਹਾਂ ਤਾਂ ਅਸੀਂ ਗੁਰੂ ਨੂੰ ਵੀ ਮਨਾਈਏ, ਜਿੱਥੇ ਅਸੀਂ ਬੱਚਿਆਂ ਨੂੰ ਸਿਖਾਉਂਦੇ ਹਾਂ ਉੱਥੇ ਸਾਨੂੰ ਆਪ ਵੀ ਇਹਦਾ ਚਿੰਤਨ ਕਰਨਾ ਚਾਹੀਦਾ ਕਿ ਕਿਤੇ ਅਸੀਂ ਸਿਰਫ ਲੰਗਰਾਂ ਦੇ ਵਿੱਚ ਔਰ ਨਗਰ ਕੀਰਤਨ ਕੱਢ ਕੇ ਔਰ ਐਸੀਆਂ ਸਾਰੀਆਂ ਜਿਹੜੀਆਂ ਪੁਰਾਤਨ ਚੱਲਦੀਆਂ ਆ ਰਹੀਆਂ ਰੀਤੀ ਰਿਵਾਜ ਉਹਨਾਂ ਦੇ ਵਿੱਚ ਰਹਿ ਕੇ ਕਿੱਥੇ ਗੁਰੂ ਦਾ ਜਿਹੜਾ ਅਸਲ ਸੰਦੇਸ਼ ਹੈ ਉਸ ਤੋਂ ਵਾਂਝੇ ਤਾਂ ਨਹੀਂ ਰਹਿ ਰਹੇ। ਜੋ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਹੈ, ਗੁਰੂ ਨਾਨਕ ਪਾਤਸ਼ਾਹ ਜੀ ਸਿੱਖ ਧਰਮ ਦੇ ਬਾਨੀ ਹੋਏ ਨੇ ਸਨ 1469 ਤੋਂ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਸ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ, ਦਸਮ ਪਾਤਸ਼ਾਹ ਜਦੋਂ 1708 ਦੇ ਵਿੱਚ ਪਰਲੋਕ ਗਮਨ ਕਰ ਗਏ ਉਸ ਤੋਂ ਉਪਰੰਤ ਸਾਨੂੰ ਇਹ ਹੁਕਮ ਕਰ ਗਏ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਜਿਹੜਾ ਹੈ ਉਹ ਦਸਮ ਪਾਤਸ਼ਾਹ ਜੀ ਨੇ ਸਾਨੂੰ ਉਹਦੇ ਲੜ ਲਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ ਔਰ ਇਹ ਨਾ ਹੋਵੇ ਕਿ ਅਸੀਂ ਜਿਹੜੇ ਵੱਖ ਵੱਖ ਧੜਿਆਂ 'ਚ ਵੰਡ ਕੇ ਔਰ ਕਈ ਬੰਦੇ ਐਸੇ ਵੀ ਨੇ ਜਿਹੜੇ ਕਈ ਧੜੇ ਸਿੱਖਾਂ ਦੇ ਵਿੱਚ ਸਰਕਾਰਾਂ ਨੇ ਸਾਜਿਸ਼ਾਂ ਕਰਕੇ ਇਹੋ ਜਿਹੇ ਜੋੜ ਦਿੱਤੇ ਨੇ ਜਿਹੜੇ ਦੇਹਧਾਰੀ ਡੰਮ ਨੂੰ ਗੁਰੂ ਡੰਮ ਨੂੰ ਬਹੁਤ ਜ਼ਿਆਦਾ ਪ੍ਰਬਲਤਾ ਦੇ ਰਹੇ ਨੇ। ਡੇਰਾਵਾਦ ਇਸ ਟਾਈਮ ਬਹੁਤ ਜ਼ਿਆਦਾ ਡੇਰਾਵਾਦ ਬਹੁਤ ਪ੍ਰਫੁੱਲਤ ਹੋ ਰਿਹਾ ਹੈ ਔਰ ਬਹੁਤ ਸਿਰ ਚੁੱਕ ਰਿਹਾ ਪਰ
ਸਾਡਾ ਸਿਧਾਂਤ ਜਿਹੜਾ ਉਹ ਸਾਨੂੰ ਸਿਖਾਉਂਦਾ ਹੈ ਕਿ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ ਔਰ ਗੁਰ ਸ਼ਬਦ ਦੇ ਆਸ਼ੇ ਦੇ ਨਾਲ ਆਪਣਾ ਜੀਵਨ ਜਿਹੜਾ ਉਹ ਬਤੀਤ ਕਰੀਏ ਜੀ ਬਿਲਕੁਲ ਵੀਰ ਜੀ ਜਿਸ ਤਰ੍ਹਾਂ ਹੁਣ ਆਪ ਜੀ ਨੇ ਜ਼ਿਕਰ ਕੀਤਾ ਸੀ ਇਸ ਕੈਂਪ ਦਾ ਤੇ ਆਓ ਜ਼ਰਾ ਇੱਕ ਵਾਰੀ ਅੰਦਰ ਚੱਲੀਏ ਤੇ ਉਸ ਕੈਂਪ ਤੇ ਵੀ ਨਜ਼ਰ ਮਾਰੀਏ ਸੋ ਇਹ ਹੈਗਾ ਜੀ ਐਂਟਰੈਂਸ ਪੁਆਇੰਟ ਹੈਗਾ ਤੇ ਇਹ ਵੀਰ ਜੀ ਦੱਸਣਗੇ ਇੱਥੇ ਐਂਟਰੈਂਸ ਪੁਆਇੰਟ ਤੇ ਕੀ ਹੋ ਰਿਹਾ ਇਹ ਸਾਰੀ ਇਹ ਵੀਰ ਜੀ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਬੱਚੇ ਔਰ ਪੇਰੈਂਟਸ ਨਾਲ ਨੇ ਔਰ ਉਹ ਲੈਪਟਾਪ ਉਹ ਆਈਪੈਡ ਦੇ ਉੱਤੇ ਰਜਿਸਟ੍ਰੇਸ਼ਨ ਹੋ ਰਹੀ ਹੈ ਰਜਿਸਟ੍ਰੇਸ਼ਨ ਹੁੰਦੇ ਹੀ SMS ਆ ਜਾਂਦਾ ਪੇਰੈਂਟਸ ਨੂੰ ਜਿਹੜਾ ਟੈਲੀਫੋਨ ਨੰਬਰ ਰਜਿਸਟਰ ਹੁੰਦਾ ਹੈ ਜਿਹੜੀ ਰਜਿਸਟ੍ਰੇਸ਼ਨ ਹੋ ਰਹੀ ਹੈ ਮਤਲਬ ਕਿਸ ਵਾਸਤੇ ਹੋ ਰਹੀ ਕੀ ਹੈਗਾ ਤਾਂ ਥੋੜਾ ਇਸ ਬਾਰੇ ਥੋੜਾ ਜਿਹਾ ਦੱਸੋ ਸਿੱਖੀ ਸਿੱਧਕ ਕੈਂਪ ਹੈ ਜਿਹੜਾ ਪਿਛਲੇ ਤਕਰੀਬਨ 8 ਸਾਲ ਹੋ ਗਏ ਨੇ ਇਸ ਤੋਂ ਲਗਾਉਂਦੇ ਹੋਏ ਜਿਸ ਦੇ ਤਰ੍ਹਾਂ ਤਰ੍ਹਾਂ ਦੀ ਐਕਟੀਵਿਟੀਜ਼ ਨੇ ਜਿਵੇਂ ਜਿਵੇਂ ਤੁਸੀਂ ਅੱਗੇ ਅੰਦਰ ਚੱਲਦੇ ਜਾਓਗੇ ਉਵੇਂ ਉਵੇਂ ਤੁਸੀਂ ਹਰ ਐਕਟੀਵਿਟੀ ਦੇਖਦੇ ਜਾਓਗੇ ਹਰ ਐਕਟੀਵਿਟੀ ਉਹ ਬੱਚੇ ਹਰ ਐਕਟੀਵਿਟੀ ਇੰਜੋਏ ਕਰਦੇ ਨੇ ਔਰ ਸਿੱਖਦੇ ਨੇ ਬੇਸਿਕਲੀ ਸਾਰਾ ਦਾ ਸਾਰਾ ਸਿੱਖੀਜ਼ਮ ਨੂੰ ਪ੍ਰਮੋਟ ਕਰਨ ਦਾ ਇੱਕ ਤਰੀਕਾ ਹੈ ਔਰ ਬੱਚਿਆਂ ਦੇ ਢੰਗ ਦੇ ਚ ਬੱਚਿਆਂ ਦੇ ਨਾਲ ਗੱਲ ਕਰਨੀ ਮੇਨ ਗੱਲ ਇਹ ਹੈ ਇਸ ਤੋਂ ਬਾਅਦ ਫਿਰ ਇਹ ਵਿਜ਼ਟਰ ਇਹ ਦੇ ਦਿੱਤਾ ਜਾਂਦਾ ਬੱਚਿਆਂ ਨੂੰ ਜੀ ਔਰ ਇਸ ਤੋਂ ਬਾਅਦ ਫਿਰ ਅਗਲਾ ਸਟੈਪ ਕੀ ਹੈਗਾ ਜੀ ਔਰ ਉਹ ਸੰਦੇਸ਼ ਵੀ ਕਿ ਕਿਤੇ ਨਾ ਕਿਤੇ ਸਾਨੂੰ ਆਪਣਾ ਐਨਵਾਇਰਨਮੈਂਟ ਜਿਹੜਾ ਹੈ ਔਰ ਗ੍ਰੀਨਰੀ ਔਰ ਧਰਤੀ ਦੇ ਉੱਤੇ ਜਿਹੜੀਆਂ ਚੀਜ਼ਾਂ ਨੇ ਪੇੜ ਪੌਦੇ ਜੋ ਸਾਨੂੰ ਅਨਾਜ ਵੀ ਦਿੰਦੇ ਨੇ ਜੋ ਸਾਨੂੰ ਖੁਰਾਕ ਵੀ ਦਿੰਦੇ ਨੇ ਔਰ ਜੋ ਸਾਨੂੰ ਸਾਹ ਲੈਣ ਦੀ ਜਿਹੜੀ ਸ਼ੁੱਧ ਹਵਾ ਹੈ ਉਹ ਵੀ ਇਹੀ ਪ੍ਰਦਾਨ ਕਰਦੇ ਨੇ ਪਹਿਲੀ ਥੀਮ ਰੱਖੀ ਗਈ ਹੈ ਦੂਜੀ ਥੀਮ ਰੱਖੀ ਗਈ ਹੈ ਮਾਂ ਬੋਲੀ ਪੰਜਾਬੀ ਮਾਂ ਬੋਲੀ ਪੰਜਾਬੀ ਤੋਂ ਕਿਤੇ ਨਾ ਕਿਤੇ ਅਸੀਂ ਅੱਜ ਸਾਡੇ ਬੱਚੇ ਪੇਰੈਂਟਸ ਸਕੂਲੋਂ ਉਹ ਹਿੰਦੀ ਔਰ ਇੰਗਲਿਸ਼ ਦਾ ਚਲਨ ਚੱਲਦਾ ਰਹਿੰਦਾ ਤੇ ਪੰਜਾਬੀ ਕਿਤੇ ਨਾ ਕਿਤੇ ਉਹਦੇ ਵਿੱਚ ਅਲੋਪ ਹੋ ਕੇ ਰਹਿ ਗਈ ਹੈ ਵੀਰ ਜੀ ਜਿਵੇਂ ਕਿ ਤੁਸੀਂ ਪੰਜਾਬੀ ਮਾਂ ਬੋਲੀ ਦਾ ਜ਼ਿਕਰ ਕੀਤਾ ਹੈ ਤੇ ਇਸ ਬਾਰੇ ਮੈਂ ਵੀ ਇੱਕ ਚੀਜ਼ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਪੰਜਾਬੀ ਮਾਂ ਬੋਲੀ ਦਾ ਜਿਸ ਤਰ੍ਹਾਂ ਸਾਡੇ ਨਾਲ ਬਹੁਤ ਜ਼ਿਆਦਾ ਹੋ ਰਿਹਾ ਹੈ ਅਸੀਂ ਕਹਿ ਸਕਦੇ ਹਾਂ ਧੱਕਾ ਹੋ ਰਿਹਾ ਹੈ ਮੈਂ ਥੋੜ੍ਹਾ ਜਿਹਾ ਤੁਹਾਨੂੰ ਯਾਦ ਦਿਵਾਉਣਾ ਚਾਹਾਂਗਾ ਮੈਂ ਪਿੱਛੇ ਜਿਹੜੇ ਆਪਣੇ ਹੈਗੇ ਨੇ ਵੀਰ ਜਰਨੈਲ ਸਿੰਘ ਜਿਹੜੇ ਐਕਸ MLA ਰਜੌਰੀਗੜ੍ਹ ਜਿਨ੍ਹਾਂ ਨੇ ਪਿੱਛੇ ਦਮਰਮ ਨੂੰ ਹਾਂਜੀ 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 ਜਰਨਲਿਸਟ ਰਹੇ ਨੇ ਜੀ ਮੈਂ ਉਹਨਾਂ ਤੋਂ ਪਹਿਲੇ ਜਿਹੜੇ ਹੈਗੇ ਸਨ ਜਿਹੜੇ ਉਹਦੇ ਆਪਣਾ ਚੇਅਰਮੈਨ ਪੰਜਾਬੀ ਅਕੈਡਮੀ ਦੇ ਵਾਈਸ ਚੇਅਰਮੈਨ ਸਨ ਜਰਨੈਲ ਸਿੰਘ ਜੀ ਉਹ ਜਰਨੈਲ ਸਿੰਘ ਹੈਗੇ ਸਨ ਤੇ ਮੈਂ ਉਹਨਾਂ ਨੂੰ ਜ਼ਿਕਰ ਕੀਤਾ ਤੇ ਉਹਨਾਂ ਨੇ ਉਸ ਟਾਈਮ ਦੱਸਿਆ ਜੀ ਕਿ ਉਹ ਵਾਈਸ ਚੇਅਰਮੈਨ ਹੁਣ ਮੈਂ ਹੋ ਗਿਆ ਤੇ ਪੰਜਾਬੀ ਮਾਂ ਬੋਲੀ ਬਾਰੇ ਉਹਨਾਂ ਨੇ ਮੈਨੂੰ ਗੱਲ ਕੀਤੀ ਜਿਹੜੀ ਮੈਂ ਉਹਨਾਂ ਨੂੰ ਪੁੱਛੇ ਸਵਾਲ ਲੇਕਿਨ ਕੁਝ ਸੈਟੀਸਫੈਕਟਰੀ ਆਨਸਰ ਮੈਨੂੰ ਨਹੀਂ ਮਿਲਿਆ ਔਰ ਅੱਜ ਵੀ ਵੀਰ ਜੀ ਪੰਜਾਬੀ ਮਾਂ ਬੋਲੀ ਨਾਲ ਧੱਕਾ ਹੋ ਰਿਹਾ ਹੈ ਸਕੂਲਾਂ ਵਿੱਚ ਪੰਜਾਬੀ ਮਾਂ ਬੋਲੀ ਜਿਹੜੀ ਇਹ ਘਟਦੇ ਖਾਤਮੇ ਦੇ ਦੌਰ ਤੇ ਆ ਗਈ ਹੈ ਪੰਜਾਬੀ ਉਰਦੂ ਔਰ ਸੰਸਕ੍ਰਿਤ ਉਹਦੇ ਚ ਕਾਰਨ ਇਹ ਹੈ ਕਿ ਦੇਖੋ ਕਿਸੇ ਵੀ ਸਕੂਲ ਦੇ ਵਿੱਚ ਭਾਵੇਂ ਇੱਕ ਬੱਚਾ ਵੀ ਹੋਵੇ ਹਾਂਜੀ ਉਹਨਾਂ ਨੂੰ ਟੀਚਰ ਪ੍ਰੋਵਾਈਡ ਕਰਨਾ ਪਏਗਾ ਬਿਲਕੁਲ ਕਰਨਾ ਪਏਗਾ ਗਵਰਨਮੈਂਟ ਸਕੂਲ ਦੇ ਅੰਦਰ ਜੀ ਪ੍ਰਾਈਵੇਟ ਦੇ ਵਿੱਚ ਤਾਂ ਅਸੀਂ ਫੀ ਪੇ ਕਰ ਰਹੇ ਹਾਂ ਤੇ ਬੱਚੇ ਨੂੰ ਪੰਜਾਬੀ ਜੇ ਕਵਾਂਗੇ ਤੇ ਉਹ ਪੜਾਣਗੇ ਹਾਂਜੀ ਬਟ ਗਵਰਨਮੈਂਟ ਸਕੂਲ ਦੇ ਅੰਦਰ ਅਗਰ ਪਹਿਲੇ ਹੁੰਦਾ ਸੀ ਮਿਨੀਮਮ 5 ਬੱਚੇ ਅੱਜ ਇਹ ਹੈ ਕਿ ਇੱਕ ਬੱਚਾ ਵੀ ਪੜਨ ਵਾਲਾ ਹੋਏਗਾ ਤੇ ਉਹ ਪੜਾਇਆ ਜਾਏਗਾ ਹਾਂਜੀ ਬਟ ਇਹ ਜਾਣ ਕੇ ਡਿਸਕਰੇਜ ਕੀਤਾ ਜਾਂਦਾ ਕਿ ਬੱਚਾ ਕੋਈ ਵੀ ਕਵੇ ਜੀ ਨਹੀਂ ਜੀ ਅਸੀਂ ਤਾਂ ਹਮਨੇ ਤਾਂ ਪੰਜਾਬੀ ਪੜਨੀ ਨਹੀਂ ਹੈ ਇਸ ਕਰਕੇ ਟੀਚਰ ਮੈਂ ਉੱਥੇ ਮਾਫੀ ਚਾਹਾਂਗਾ ਤੁਹਾਡੀ ਗੱਲ ਵਿੱਚ ਟੁੱਕ ਰਿਹਾ ਉੱਥੇ ਮੈਂ ਇਹ ਚੀਜ਼ ਕਹਿਣਾ ਚਾਹਾਂਗਾ ਵੀਰ ਜੀ ਕਿ ਹੋਇਆ ਕੀ ਹੈ ਪਹਿਲੇ ਜਿਹੜੀ ਹੁੰਦੀ ਸੀਗੀ ਲੈਂਗੁਏਜ ਜਿਹੜੀ ਸੀ ਉਹ 6ਵੇਂ ਨੰਬਰ ਦੇ ਸਬਜੈਕਟ ਹੁੰਦਾ ਸੀਗਾ ਉਹਦੇ ਪੇਪਰਾਂ ਵਿੱਚ ਨੰਬਰ ਲੱਗਦੇ ਹੁੰਦੇ ਸਨ ਤੇ ਬੱਚੇ ਨੂੰ ਇੱਕ ਉਤਸ਼ਾਹ ਹੁੰਦਾ ਸੀਗਾ ਕਿ ਚਲੋ ਭਾਵੇਂ ਹਿੰਦੀ ਲੈ ਲਾਂ ਪੰਜਾਬੀ ਲੈ ਲਾਂ ਮੇਰੇ ਪੇਪਰਾਂ ਵਿੱਚ ਨੰਬਰ ਜੁੜਨੇ ਨੇ ਤੇ ਹੁਣ ਦਿੱਲੀ ਸਰਕਾਰ ਦੀ ਸਾਜ਼ਿਸ਼ ਕਹਿ ਲਈਏ ਕੇਂਦਰ ਸਰਕਾਰ ਦੀ ਸਾਜ਼ਿਸ਼ ਕਹਿ ਲਈਏ ਜਾਂ ਜੋ ਵੀ ਹੈ ਸਾਡੇ ਨਾਲ ਸਾਡੇ ਮਾਂ ਬੋਲੀ ਨਾਲ ਇੱਕ ਸਾਜ਼ਿਸ਼ ਹੋਈ ਹੈ ਉਹ ਜਿਹੜੀ ਭਾਸ਼ਾ ਦਾ ਸਬਜੈਕਟ ਸੀ ਉਹਨੂੰ ਚੁੱਕ ਕੇ 6ਵੇਂ ਨੰਬਰ ਤੋਂ 7ਵੇਂ ਨੰਬਰ ਦੇ ਉੱਤੇ ਕਰ ਦਿੱਤਾ ਗਿਆ 7ਵੇਂ ਨੰਬਰ ਵਾਲੇ ਸਬਜੈਕਟ ਦੇ ਜਿਹੜੇ ਨੇ ਪੇਪਰਾਂ ਵਿੱਚ ਨੰਬਰ ਨਹੀਂ ਜੁੜਦੇ ਉਹਨੂੰ ਐਡੀਸ਼ਨਲ ਕਰਤਾ ਗਿਆ ਹੁਣ ਬੱਚੇ ਨੂੰ ਉਸ ਚੀਜ਼ ਨਾਲ ਲੱਗਾ ਕਿ ਜਦ ਨੰਬਰ ਲੱਗਣੇ ਨਹੀਂ ਨੇ ਤੇ ਮੈਂ ਕਿਉਂ ਲਾਂ ਦੇਖੋ ਇਹਦੇ ਵਾਸਤੇ ਉਹ ਤੁਹਾਡੀ ਬੱਚੇ ਨੂੰ ਮਜਬੂਰ ਕਰ ਦਿੱਤਾ ਗਿਆ ਜਦ ਨੰਬਰ ਹੀ ਨਹੀਂ ਜੁੜਨੇ ਬੱਚਾ ਉਸ ਵੱਲ ਧਿਆਨ ਨਹੀਂ ਦੇ ਅਸੀਂ ਉਸ ਚੀਜ਼ ਨੂੰ ਜਿਹੜੀ ਐਜੂਕੇਸ਼ਨ ਸਿਸਟਮ ਹੈ ਹਾਂਜੀ ਉਹ ਸਾਰਿਆਂ ਵਾਸਤੇ ਉਰਦੂ ਪੜਨ ਵਾਲਿਆਂ ਵਾਸਤੇ ਵੀ ਹੋਈ ਹੈ ਸੰਸਕ੍ਰਿਤ ਪੜਨ ਵਾਲਿਆਂ ਵਾਸਤੇ ਵੀ ਹੋਈ ਹੈ ਪੰਜਾਬੀ ਪੜਨ ਵਾਲਿਆਂ ਵਾਸਤੇ ਵੀ ਹੋਈ ਹੈ ਬਿਲਕੁਲ ਦਰਸਤ ਦਾ ਕਹਿਣਾ ਅਗਰ ਅਸੀਂ ਕਹੀਏ ਕਿ ਅਸੀਂ ਫੋਰਸਬਲੀ ਉਸ ਚੀਜ਼ ਨੂੰ ਅਸੀਂ ਕਹੀਏ ਕਿ ਸਿਰਫ ਸਾਡੇ ਨਾਲ ਧੱਕਾ ਹੋ ਰਿਹਾ ਮੈਂ ਕਹਿੰਦਾ ਧੱਕਾ ਬਿਲਕੁਲ ਹੋ ਰਿਹਾ ਹਾਂਜੀ ਅੱਜ ਪੰਜਾਬੀ ਜਿਹੜੀ ਇਹ ਸੈਕੰਡ ਲੈਂਗੁਏਜ ਹੈ ਜੀ ਜਦੋਂ ਪੰਜਾਬੀ ਨੂੰ ਸੈਕੰਡ ਲੈਂਗੁਏਜ ਦਾ ਦਰਜਾ ਦਿੱਤਾ ਤੇ ਨਾਲ ਦੇ ਨਾਲ ਸਾਜ਼ਿਸ਼ ਰਚ ਕੇ ਉਹਨਾਂ ਨੇ ਉਰਦੂ ਨੂੰ ਵੀ ਸੈਕੰਡ ਲੈਂਗੁਏਜ ਦਾ ਦਰਜਾ ਹਾਂਜੀ ਮਤਲਬ ਦੁੱਧ ਦਿੱਤਾ ਪਰ ਮੈਂਗਣਾ ਪਾ ਕੇ ਜੀ ਬਿਲਕੁਲ ਚਲੋ ਠੀਕ ਹੈ ਅਸੀਂ ਕਹਿੰਦੇ ਹਾਂ ਉਹਨਾਂ ਨੂੰ ਵੀ ਜ਼ਰੂਰ ਦਿਓ ਤੁਸੀਂ ਸਾਨੂੰ ਪੰਜਾਬੀ ਸੈਕੰਡ ਲੈਂਗੁਏਜ ਦਾ ਦਰਜਾ ਦਿੱਤਾ ਸਕੂਲਾਂ ਦੇ ਵਿੱਚੋਂ ਬਿਲਕੁਲ ਗਾਇਬ ਕਰ ਦਿੱਤੀ ਵੀਰ ਜੀ ਮੈਂ ਸਿੰਗਲ ਪਹਿਲੇ ਦੋ ਮੈਂ ਵੀਰ ਜੀ ਇੱਕ ਵਾਰੀ ਤੁਹਾਡੀ ਗੱਲ ਫਿਰ ਮਾਫੀ ਮੰਗ ਕੇ ਵਿੱਚ ਟੋਕ ਰਿਹਾ ਤੁਸੀਂ ਉਰਦੂ ਦਾ ਜ਼ਿਕਰ ਕੀਤਾ ਬਿਲਕੁਲ ਵੀਰ ਜੀ ਇਹ ਚੀਜ਼ ਉਹਨਾਂ ਨੇ ਕੀਤਾ ਕਿ ਉਰਦੂ ਨੂੰ ਵੀ ਸੈਕੰਡ ਲੈਂਗੁਏਜ ਦਾ ਦਰਜਾ ਦਿੱਤਾ ਮੇਰਾ ਆਪਣਾ ਮੰਨਣਾ ਹੈ ਕਿ ਉਰਦੂ ਲੈਂਗੁਏਜ ਵੀ ਸਿਰ ਮੱਥੇ
ਪਰ ਧੱਕਾ ਵੀਰ ਜੀ ਉਰਦੂ ਨਾਲ ਵੀ ਹੋ ਰਿਹਾ ਜੀ ਸਿਰਫ ਪੰਜਾਬੀ ਨਾਲ ਨਹੀਂ ਹੋ ਰਿਹਾ ਉਰਦੂ ਸੰਸਕ੍ਰਿਤ ਪੰਜਾਬੀ ਤਿੰਨਾਂ ਨਾਲ ਧੱਕਾ ਹੋ ਰਿਹਾ ਔਰ ਇੱਕ ਚੀਜ਼ ਜਿਹੜੀ ਕਿ ਸਾਡੇ ਸਿੱਖਾਂ ਨੂੰ ਸਾਡੀ ਮਤਲਬ ਸਿੱਖਾਂ ਨੂੰ ਛੱਡੋ ਹਿੰਦੁਸਤਾਨ ਦੀ ਤਕਰੀਬਨ 125 ਸੰਸਕ੍ਰਿਤੀ ਹੈ ਸੰਸਕ੍ਰਿਤੀ ਸਮਝੋ 125 ਕਰੋੜ ਅਗਰ ਜਨਤਾ ਹੈ ਨਾ ਵੀਰ ਜੀ ਤੇ 125 ਵਿੱਚੋਂ 124.99% ਲੋਕਾਂ ਨੂੰ ਨਹੀਂ ਪਤਾ ਕਿ ਜਿਹੜਾ ਹਿੰਦੀ ਜਿਹੜੀ ਹੈ ਉਹ ਰਾਸ਼ਟਰ ਭਾਸ਼ਾ ਨਹੀਂ ਹੈ ਤੁਸੀਂ ਹੈਰਾਨ ਹੋਵੋਗੇ ਹਿੰਦੀ ਰਾਸ਼ਟਰ ਭਾਸ਼ਾ ਨਹੀਂ ਹੈ ਜੀ ਜਿਹੜੀ ਕਿ ਸੰਵਿਧਾਨ ਵਿੱਚ ਵੀ ਨਹੀਂ ਹੈ ਲੇਕਿਨ ਹਿੰਦੀ ਨੂੰ ਰਾਸ਼ਟਰ ਭਾਸ਼ਾ ਕਹਿ ਕੇ ਪ੍ਰਚਾਰਿਆ ਜਾ ਰਿਹਾ ਹੈ ਬਟ ਉਹ 18 ਭਾਸ਼ਾ ਹੈਗੀਆਂ ਨੇ ਜੀ ਜਿਹੜੀਆਂ ਰੀਜਨਲ ਲੈਂਗੁਏਜ ਹੈਗੀਆਂ ਨੇ ਜਿਨ੍ਹਾਂ ਨੂੰ ਕਨਸਟੀਟਿਊਸ਼ਨ ਵਿੱਚ ਇੰਡੀਆ ਦੇ ਸੰਵਿਧਾਨ ਵਿੱਚ ਬਰਾਬਰੀ ਦਾ ਦਰਜਾ ਦਿੱਤਾ ਗਿਆ ਜਿਹਦੇ ਵਿੱਚ ਪੰਜਾਬੀ ਵੀ ਹਿੰਦੀ ਵੀ ਉਰਦੂ ਵੀ ਸਾਰੀਆਂ ਨੇ ਵਰਲਡ ਦੀਆਂ 6800 ਲੈਂਗੁਏਜ ਨੇ ਯਾਨੀ ਕਿ 7.5 ਹਜ਼ਾਰ ਲੈਂਗੁਏਜ ਨੇ ਵੀਰ ਜੀ ਤੇ ਪੰਜਾਬੀ ਸਾਨੂੰ ਮਾਣ ਹੋਣਾ ਚਾਹੀਦਾ ਹੈ ਉਹਨਾਂ 6800 ਲੈਂਗੁਏਜ ਦੇ ਵਿੱਚ ਪੰਜਾਬੀ 13ਵੇਂ ਪਾਇਦਾਨ ਤੇ ਖੜੀ ਹੋਈ ਹੈ ਵਰਲਡ ਦੀ ਲੈਂਗੁਏਜ ਵਿੱਚ ਪੰਜਾਬੀ ਬੜੇ ਉੱਚੇ ਪਾਇਦਾਨ ਤੇ ਹੈ ਲੇਕਿਨ ਸਾਡੇ ਆਪਣੇ ਮੁਲਕ ਵਿੱਚ ਪੰਜਾਬੀ ਨਾਲ ਧੱਕਾ ਹੋ ਰਿਹਾ ਇੱਥੇ ਅਸੀਂ ਪੰਜਾਬੀ ਨੂੰ ਗੁਰਮੁਖੀ ਕਹਿੰਦੇ ਹਾਂ ਹਾਂਜੀ ਤੇ ਲੈਂਦੇ ਪੰਜਾਬ ਵੱਲ ਜੀ ਸ਼ਾਹਮੁਖੀ ਕਿਹਾ ਜਾਂਦਾ ਹਾਂਜੀ ਬਿਲਕੁਲ ਸੱਚਾਈ ਹੈ ਉਹ ਸ਼ਾਹਮੁਖੀ ਉੱਥੇ ਤੁਸੀਂ ਹੈਰਾਨ ਰਹੋਗੇ ਮੈਂ ਲਾਹੌਰ ਯੂਨੀਵਰਸਿਟੀ ਗਿਆ ਹਾਂਜੀ ਜਦੋਂ ਮੈਂ ਪੰਜਾ ਸਾਹਿਬ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਿਆ ਤੇ ਲਾਹੌਰ ਯੂਨੀਵਰਸਿਟੀ ਦੇ ਵਿੱਚ ਮੈਂ ਦੇਖਿਆ ਹਾਂਜੀ ਕਿ ਉਹ ਅੱਜ ਵੀ ਪੰਜਾਬੀ ਨੂੰ ਸਾਡੇ ਨਾਲੋਂ ਕਈ ਗੁਣਾ ਵੱਧ ਤਰਜੀਹ ਦੇ ਰਹੇ ਬਿਲਕੁਲ ਸੱਚਾਈ ਹੈ ਜੀ ਪੰਜਾਬੀ ਭਾਸ਼ਾ ਦੇ ਨਾਲ ਜ਼ਰਾ ਵੀ ਅਗਰ ਉਹ ਉਰਦੂ ਲਿਪੀ ਉਰਦੂ ਹੈ ਪਰ ਉਹ ਉਹਨੂੰ ਪੜਿਆ ਪੰਜਾਬੀ ਜਾ ਰਿਹਾ ਬਿਲਕੁਲ ਸੱਚਾਈ ਲਿਪੀ ਉਰਦੂ ਦੀ ਹੈ ਅੱਜ ਵੀ ਸਾਡੇ ਨਾਲ ਇੱਥੇ ਅਸੀਂ ਕਹੀਏ ਇੰਡੀਆ ਦੇ ਵਿੱਚ ਇਹ ਇੰਡੀਆ ਆਪਣੀਆਂ ਸੰਸਕ੍ਰਿਤੀਆਂ ਨੂੰ ਆਪ ਖੋ ਰਿਹਾ ਬਿਲਕੁਲ ਸੱਚਾਈ ਆਪਣੇ ਆਪ ਉਹਦੇ ਵਿੱਚ ਗੁੰਮ ਗਿਆ ਜੀ ਅੱਜ ਜਿਹੜਾ ਮਾਹੌਲ ਇੱਕ ਗਵਰਨਮੈਂਟ ਦਾ ਹੋ ਗਿਆ ਹੈ ਇੱਕ ਭਗਵਾ ਕਰਨ ਵਾਲੀ ਗੱਲ ਕਹਿ ਲਈਏ ਇੱਕ ਧਰਮ ਦੇ ਉੱਤੇ ਆਤੁਰ ਹੋਣਾ ਚਾਹੇ ਉਹ ਮੁਸਲਿਮ ਧਰਮ ਹੈ ਚਾਹੇ ਉਹ ਕ੍ਰਿਸਚਨ ਧਰਮ ਹੈ ਚਾਹੇ ਉਹ ਸਿੱਖ ਧਰਮ ਹੈ ਹਾਂਜੀ ਉਹਨੂੰ ਆਪਣੇ ਵਿੱਚ ਜਜ਼ਬ ਕਰਨਾ ਜਿਸ ਚੀਜ਼ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਰੋਕਿਆ ਸੀਗਾ ਹਾਂਜੀ ਹਾਂਜੀ ਪੈ ਕਾਹੂ ਕੋ ਦੇਤਨਾ ਨਾ ਭੈ ਮਾਨਤ ਆਨ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਬੜੋ ਕੋਲੂ ਮੈਂ ਸਾਕਾ ਉਸ ਸਮੇਂ ਜਦੋਂ ਕੋਈ ਰਾਖਾ ਨਹੀਂ ਸੀ ਬਣਿਆ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਦਇਆ ਕਪਾਹ ਸੰਤੋਖ ਸਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਾਇਤਾ ਭਾਂਡੇ ਕਤ ਪਹਿਲੇ ਜਾਮੇ 'ਚ ਜਨੇਊ ਪਾਉਣ ਤੋਂ ਇਨਕਾਰ ਕਰ ਦਿੰਦੇ ਨੇ ਤਿਲਕ ਲਗਵਾਉਣ ਤੋਂ ਇਨਕਾਰ ਕਰ ਦਿੰਦੇ ਨੇ ਪਰ ਨੌਵੇਂ ਜਾਮੇ 'ਚ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਦੇ ਕੇ ਉਸ ਧਰਮ ਨੂੰ ਬਚਾਉਂਦੇ ਨੇ ਪਰ ਅੱਜ ਜਦੋਂ ਇਹਨਾਂ ਕੋਲ ਰਾਜ ਸੱਤਾ ਆ ਗਈ ਤੇ ਇਹ ਕਹਿੰਦੇ ਨੇ ਧਰਮ ਤਾਂ ਸਿਰਫ ਹਿੰਦੂ ਧਰਮ ਹੈ ਹਿੰਦੂਤਵ ਮੈਂ ਕਈਆਂ ਨਾਲ ਮੇਰੀ ਇਹ ਡਿਬੇਟ ਹੋਈ ਕਈ ਟੇਬਲ ਡਿਸਕਸ਼ਨਸ ਹੋਈਆਂ ਕਿ ਜਿੰਨਾ ਇਹ ਹਿੰਦੂਤਵ ਕਰ ਰਹੇ ਨੇ ਸਭ ਤੋਂ ਵੱਡਾ ਨੁਕਸਾਨ ਹੈ ਹਿੰਦੂਤਵ ਦਾ ਇਹੀ ਕਰਨਗੇ ਕੋਈ ਗੱਲ ਹੈ ਜੀ ਕਿ 25 ਕਰਨਗੇ 25 ਤਰੀਕ ਨੂੰ ਇੱਥੇ ਕੀਤਾ ਜਾਂਦਾ ਪ੍ਰੋਗਰਾਮ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ਤਾਬਦੀ ਪੁਰਬ ਮਨਾਇਆ ਜਾਂਦਾ 350 ਸਾਲਾਂ ਤੇ ਉਸ ਤੋਂ 4 ਦਿਨ ਬਾਅਦ ਉੱਥੇ ਜਾ ਕੇ ਮਹਾਰਾਸ਼ਟਰ ਵਿੱਚ ਬਿਆਨ ਦਿੱਤਾ ਜਾਂਦਾ ਜੀ ਕਿ ਜਿਹੜਾ ਹਿੰਦੁਸਤਾਨ ਹੀ ਚਰੇਗਾ ਉਹ ਹਿੰਦੂ ਕਹਲਾਏਗਾ ਇਹ ਜਿਹੜੀ ਦੋਗਲੀ ਨੀਤੀ ਹੈ ਦੇਖੋ ਇਸ ਤਰ੍ਹਾਂ ਹੈ ਕਿ ਇਹ ਚੀਜ਼ ਵੀ ਸਾਹਮਣੇ ਆਉਂਦੀ ਹੈ ਸਾਰੇ ਮਨਾਣ ਦੇਖੋ ਇੱਥੇ ਇਹ ਗੁਰੂ ਘਰ ਹੈ ਇੱਥੇ ਹਿੰਦੂ ਆਵੇ ਹਿੰਦੂ ਵੀਰ ਆਵੇ ਮੁਸਲਿਮ ਵੀਰ ਆਵੇ ਕ੍ਰਿਸਚਨ ਵੀਰ ਆਵੇ ਸਿੱਖਾਂ ਦਾ ਤਾਂ ਆਪਣਾ ਥਾਂ ਬਿਲਕੁਲ ਜੀ ਬਿਲਕੁਲ ਇੱਥੇ ਕਿਸੇ ਨੂੰ ਨਾ ਨਹੀਂ ਯੂਨੀਵਰਸਲ ਹੈ ਉਹ ਕਿਸੇ ਦਾ ਕੋਈ ਉਹ ਨਹੀਂ ਚਾਰ ਵਰਨ ਇੱਕ ਵਰਨ ਹੋਏ ਹਾਂਜੀ ਅਸੀਂ ਪੜ੍ਹਦੇ ਆ ਨਾ ਜੀ ਬਿਲਕੁਲ ਬਿਲਕੁਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਚਾਰਾਂ ਵਰਨਾਂ ਨੂੰ ਇੱਕ ਕੀਤਾ ਹਾਂਜੀ ਸੂਦਰ ਵੈਸ਼ ਜਿੰਨੇ ਵੀ ਨੇ ਉਹਨਾਂ ਸਾਰਿਆਂ ਨੂੰ ਸੰਦੇਸ਼ ਕੇਵਲ ਔਰ ਕੇਵਲ ਉਸ ਪਰਮਾਤਮਾ ਦੇ ਨਾਲ ਜੁੜਨ ਦਾ ਦਿੱਤਾ ਅੱਜ ਇੱਥੇ ਕਿਸੇ ਨੂੰ ਵੀ ਜਜ਼ਬ ਕਰਨ ਵਾਸਤੇ ਇਹ ਲੋਕ ਹਿੰਦੁਸਤਾਨ ਮੇ ਰਹਿਣਾ ਹੈ ਤੋ ਹਿੰਦੂ ਕਹਿਣਾ ਹੋਗਾ ਜੀ ਪਰ ਅੱਜ ਦੀ ਡੇਟ 'ਚ ਇਹ ਗੱਲ ਜਿਸ ਤਰ੍ਹਾਂ ਤੁਸੀਂ ਕਹੀ ਹੈ ਕਿ ਰਾਸ਼ਟਰ ਭਾਸ਼ਾ ਹਿੰਦੀ ਨਹੀਂ ਹੈ ਅਗਰ RTI ਤੁਸੀਂ ਪਾਓਗੇ ਤੇ ਹਿੰਦੁਸਤਾਨ ਨਾਮ ਕਿੱਥੋਂ ਆਇਆ ਇਹ ਵੀ ਤੁਸੀਂ ਲੈ ਲਓ ਹਿੰਦੂ ਵਰਡ ਕੀ ਹੈ ਹਿੰਦੂ ਵਰਡ ਜਿਹੜਾ ਹੈ ਉਹ ਅਫਗਾਨਿਸਤਾਨ ਤੋਂ ਆਇਆ ਹੋਇਆ ਇੱਕ ਵਰਡ ਹੈ ਹਾਂਜੀ ਬਿਲਕੁਲ ਉਹਦਾ ਜਿਹੜਾ ਲਫ਼ਜ਼ ਮਤਲਬ ਨਿਕਲਦੇ ਨੇ ਉਹਦਾ ਸੀ ਅਤੇ ਜ਼ਿਕਰ ਨਾ ਕਰੀਏ ਲੇਕਿਨ ਮੋਸਟਲੀ ਲੋਕ ਜਾਣਦੇ ਨੇ ਉਹਦਾ ਜ਼ਿਆਦਾਤਰ ਲੋਕ ਜਾਣਦੇ ਨੇ ਤੇ ਜਦੋਂ ਕਿਸੇ ਚੀਜ਼ ਨੂੰ ਜ਼ਿਆਦਾ ਦਬਾਇਆ ਜਾਏਗਾ ਨਾ ਉਹ ਓਨੀ ਜ਼ਿਆਦਾ ਉਭਰ ਕੇ ਬਾਹਰ ਆਏਗੀ ਉਹ ਸਪਰਿੰਗ ਵਾਲੀ ਚੀਜ਼ ਜਿੰਨਾ ਦਬਾਓਗੇ ਉਛਲ ਕੇ ਉਹਨਾਂ ਜ਼ਿਆਦਾ ਪ੍ਰਾਤਨ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੋਏਗਾ ਕਿ ਜਿਸ ਤਰ੍ਹਾਂ ਬੜਾ ਅਖਾਣ ਮਸ਼ਹੂਰ ਸੀਗਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੰਡਦਾ ਅਸੀਂ ਦੂਣੇ ਚੋਣੇ ਹੋਏ ਕੌਮ ਨੂੰ ਖਤਮ ਕਰਨ ਵਾਸਤੇ ਛੋਟਾ ਘੱਲੂਕਾਰਾ ਵੱਡਾ ਘੱਲੂਕਾਰਾ 35,000 ਦੀ ਗਿਣਤੀ ਇੱਕੋ ਦਿਨ ਵਿੱਚ ਸ਼ਹਾਦਤ ਹੋ ਜਾਣੀ ਔਰ ਇੰਨੇ ਵੱਡੇ ਘੱਲੂਕਾਰੇ ਵਾਪਰੇ ਪਰ ਜਿਹੜੀ ਕੌਮ ਹੈ ਉਹ ਫਿਰ ਵੀ ਖੜੀ ਰਹੀ ਉਹ ਜਿੰਦੀ ਰਹੀ ਭਾਈ ਗਰਚਾ ਸਿੰਘ ਭਾਈ ਬੋਤਾ ਸਿੰਘ ਉੱਥੇ ਲੈ ਰਹਿ ਕੇ ਉਹਨਾਂ ਨੇ ਟੱਕਾ ਔਰ ਆਨਾ ਗੱਡੇ ਦਾ ਤੇ ਖੋਤੇ ਦਾ ਟੈਕਸ ਵੀ ਲਾਇਆ ਇਹ ਚੀਜ਼ਾਂ ਜਿੰਨੀਆਂ ਵੀ ਇਹ ਭਾਸ਼ਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਠੀਕ ਹੈ ਮੈਂ ਕਹਿੰਦਾ ਮਤਰਿਆ ਵਾਲਾ ਵਿਵਹਾਰ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਅਸੀਂ ਵੀ ਆਪਣੇ ਫਰਜ਼ ਤੋਂ ਪਿੱਛੇ ਹੋਏ ਹਾਂ
ਇਹ ਸਾਡੀ ਆਪਣੇ ਪੇਰੈਂਟਸ ਦੀ ਵੀ ਗਲਤੀ ਹੈ। ਦੇਖੋ ਮੈਂ ਅਗਰ ਪੁਰਾਣੇ ਸਮੇਂ ਜਾਵਾਂ, ਅਗਰ ਤੁਹਾਡੇ ਪੁਰਾਣੇ ਸਮੇਂ ਜਾਈਏ ਜਾਂ ਅਸੀਂ ਆਪਣੇ ਪਿਤਾ ਜੀ ਦੇ ਟਾਈਮ ਤੇ ਜਾਈਏ ਤੇ ਸ਼ਾਇਦ ਉਹਨਾਂ ਨੂੰ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਘਰੋਂ ਗੁਰਮੁਖੀ ਜਿਹੜੀ ਆ ਉਹ ਘਰੋਂ ਸਿਖਾਈ ਜਾਂਦੀ ਸੀ। ਸਾਡੇ ਘਰਾਂ ਦੇ ਵਿੱਚ ਊੜਾ ਐੜਾ ਈੜੀ ਸੱਸਾ ਹਾਹਾ ਪੜਾਇਆ ਜਾਂਦਾ ਸੀ। ਉਸ ਤੋਂ ਫਿਰ 5 ਅੱਖਰੀ 35 ਅੱਖਰੀ 35 ਅੱਖਰੀ ਤੋਂ ਬਾਅਦ ਫਿਰ ਸਾਨੂੰ ਗੁਟਕਾ ਹੱਥ 'ਚ ਪੜਾਇਆ ਜਾਂਦਾ ਸੀ ਕਿ 5 ਪੌੜੀਆਂ ਪੜੋ। ਮੈਨੂੰ ਅੱਜ ਵੀ ਯਾਦ ਹੈ ਮੇਰੇ ਮਾਤਾ ਜੀ ਸਾਨੂੰ ਪ੍ਰਸ਼ਾਦਾ ਨਹੀਂ ਸੀ ਦਿੰਦੇ ਜਦ ਤੱਕ ਅਸੀਂ 5 ਪੌੜੀਆਂ ਨਹੀਂ ਸੀ ਪੜ ਲੈਂਦੇ। ਪਰ ਅੱਜ ਅਸੀਂ ਆਪਣੇ ਬੱਚੇ ਨੂੰ ਕਹਿੰਦੇ ਕੋਈ ਨਹੀਂ ਮੋਬਾਈਲ ਫੜਿਆ, ਟੀਵੀ ਦੇਖ ਰਿਹਾ, ਆਰਾਮ ਕਰ ਰਿਹਾ, ਪੜਿਆ ਪੜ ਰਿਹਾ, ਥੱਕ ਗਿਆ। ਅਸੀਂ ਕੋਈ ਸ਼ੱਕ ਨਹੀਂ ਜੀ, ਬਿਲਕੁਲ ਪੇਰੈਂਟਸ ਦੀ ਗਲਤੀ ਹੈ, ਨੋ ਡਾਊਟ ਪੇਰੈਂਟਸ ਦੀ ਗਲਤੀ ਹੈ। ਲੇਕਿਨ ਵੀਰ ਜੀ ਇੱਕ ਚੀਜ਼, ਮੈਂ ਪਿਛਲੇ ਦਿਨੀ ਸਰਦਾਰ ਤਰਸੇਮ ਸਿੰਘ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਨੇ ਉਹਨਾਂ ਨਾਲ ਗੱਲ ਕਰ ਰਿਹਾ ਸਾਂ ਅਤੇ ਮੈਂ ਉੱਥੇ ਇਹ ਜ਼ਿਕਰ ਕੀਤਾ ਸੀਗਾ, ਮੈਂ ਕਿਹਾ ਜੀ ਜਿੰਨਾ ਸਾਨੂੰ ਦੂਜੀ ਸੰਸਥਾਵਾਂ RSS ਜਾਂ ਅਸੀਂ ਹੋਰ ਜਿੰਨਾ 'ਤੇ ਅਸੀਂ ਲਾਉਂਦੇ ਇਲਜ਼ਾਮ ਲਾਉਂਦੇ, ਉਹਨਾਂ ਨੇ ਸਾਨੂੰ ਜੋ ਨੁਕਸਾਨ ਦਿੱਤਾ ਉਸ ਨਾਲੋਂ ਵੱਧ ਜਿਹੜਾ ਸਾਡੀ ਆਪਣੀ ਸਿੱਖ ਲੀਡਰਸ਼ਿਪ ਨੇ ਨੁਕਸਾਨ ਦਿੱਤਾ ਹੈ ਬਹੁਤ ਜ਼ਿਆਦਾ। ਉਹਦੇ ਬਾਰੇ ਕੀ ਕਹੋਗੇ? ਭਾਵੇਂ ਪੰਜਾਬੀ ਮਾਂ ਬੋਲੀ ਨਾਲ ਧੱਕਾ ਹੋਏ, ਭਾਵੇਂ ਸਾਡਾ ਕਿਸੇ ਚੀਜ਼ ਨਾਲ ਸਾਡੇ ਉਹ ਸਾਨੂੰ ਧਾਰਮਿਕ ਲੀਡਰ ਸਨ 1984 ਤੋਂ ਬਾਦ ਬਹੁਤਾ ਸਟਰੋਂਗ ਕੋਈ ਮਿਲਿਆ ਨਹੀਂ ਮਿਲਿਆ ਜੀ ਇਹਦੇ ਚ ਕੋਈ। ਔਰ ਸਿਆਸੀ ਲੀਡਰ ਜਿਹੜੇ ਨੇ ਉਹ ਸਿਰਫ ਔਰ ਸਿਰਫ ਆਪਣੀਆਂ ਸਿਆਸੀ ਰੋਟੀਆਂ ਸਿੱਖਦੇ ਰਹੇ ਨੇ, ਚਾਹੇ ਉਹ 84 ਦੇ ਨਾਮ ਤੇ ਹੋਵੇ ਜੀ 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 ਤੇ ਚਾਹੇ ਉਹ ਕਿਸੇ ਹੋਰ ਗੱਲ ਤੇ ਹੋਵੇ। ਸਿਆਸੀ ਲੀਡਰ ਜਿਹੜੇ ਐਕਚੁਅਲੀ ਜਿਹੜੇ ਸਾਡੇ ਪੰਥਕ ਲੀਡਰ ਕਹੇ ਜਾਂਦੇ ਨੇ ਉਹ ਸਿਆਸੀ ਲੀਡਰ ਨੇ ਔਰ ਉਹ ਆਪਣੇ ਸਿਆਸੀ ਆਕਾ ਦੇ ਕਹਿਣ ਤੇ ਚੱਲਦੇ ਨੇ। ਧਾਰਮਿਕ ਆਗੂ ਨਹੀਂ ਕਹਿ ਸਕਦੇ, ਉਹ ਪੰਥਕ ਆਗੂ ਕਹਿੰਦੇ ਆ, ਲੇਕਿਨ ਉਹ ਸਿਆਸੀ ਲੀਡਰ ਨੇ, ਸਿਆਸੀ ਲੀਡਰ ਨੇ, ਲੇਕਿਨ ਆਪਣੀ ਆਪਣੀ ਪਾਰਟੀ ਦੇ ਨੇ, ਉਹ ਗੁਰੂ ਦੇ ਨਹੀਂ, ਉਹ ਨਿਰਪੱਖ ਪਾਰਟੀ ਦੇ ਨਹੀਂ ਹੋ ਕੇ ਰਹਿੰਦੇ। ਕੋਈ ਸ਼ੱਕ ਨਹੀਂ ਕਿ ਇੱਕ ਗੁਰੂ ਦੇ, ਅਸੀਂ ਗੁਰੂ ਦੇ, ਜੇ ਕੋਈ ਸਾਂਝਾ ਮੁੱਦਾ ਆਵੇ ਹਾਂਜੀ ਤੇ ਘੱਟੋ ਘੱਟ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਸਾਰੇ ਇਕੱਠੇ ਹੋ ਜਾਈਏ, ਚਾਹੇ ਕੋਈ ਬੀਜੇਪੀ ਵਿੱਚ ਰਹੇ, ਕੋਈ ਕਾਂਗਰਸ ਵਿੱਚ ਰਹੇ, ਕੋਈ ਆਮ ਆਦਮੀ ਵਿੱਚ ਰਹੇ, ਜਿੱਥੇ ਮਰਜ਼ੀ ਰਹੇ, ਬਿਲਕੁਲ ਵੀਰ ਜੀ। ਪਰ ਜਦੋਂ ਸਾਂਝਾ ਮੁੱਦਾ ਆਵੇ, ਸਾਨੂੰ 1984 ਦਾ ਕੌਮੀ ਮਸਲਾ, ਪੰਥਕ ਮਸਲਾ ਕਿ ਕਿਸੇ ਪਾਰਟੀ ਦਾ ਮਸਲਾ ਹੈ? ਅੱਜ ਇੱਕ ਪਾਰਟੀ ਕਹਿੰਦੀ ਹੈ ਜੀ ਹਾਏ 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 ਹਾਏ, ਰਾਜ ਸੱਤਾ 'ਚ ਆ ਜਾਂਦੇ ਨੇ, ਸੈਂਟਰ 'ਚ ਵੀ ਆ ਜਾਂਦੇ ਨੇ, ਸਟੇਟ ਵਿੱਚ ਵੀ ਆ ਜਾਂਦੇ ਨੇ, ਜਦੋਂ ਕਾਂਗਰਸ ਦਾ ਰਾਜ ਹੋਵੇ ਮੁਜ਼ਾਹਰੇ ਕਰਦੇ ਨੇ, ਤੇ ਜਦੋਂ ਕਾਂਗਰਸ ਦਾ ਰਾਜ ਨਾ ਹੋਵੇ ਆਪਣਾ ਰਾਜ ਆ ਜਾਏ ਤੇ ਫਿਰ ਇੱਕ ਨੂੰ ਵੀ ਸਜ਼ਾ ਦਿਵਾਉਣ ਦੀ ਗੱਲ ਨਹੀਂ ਕਰਦੇ, ਗੱਲਾਂ ਕਰਦੇ ਨੇ। ਇਹ ਆਉਂਦੀ ਹੈ ਕਿ ਜੇ ਅਸੀਂ ਕਹੀਏ 84 ਦੀ ਦੋਖੀ ਕਾਂਗਰਸ ਹੈ ਤੇ 45 ਜਿਹੜੇ FIR 'ਚ ਨਾਮ ਹੈਗੇ ਨੇ ਜਿਹੜੇ RSS ਦੇ ਹੈਗੇ ਨੇ ਔਰ ਬੀਜੇਪੀ ਦੇ, ਔਰ ਉਸ ਤੋਂ ਇਲਾਵਾ ਇਹ ਦੇਖੋ ਇਸ ਤਰ੍ਹਾਂ ਕਿ ਇਹ ਗਿਵ ਐਂਡ ਟੇਕ ਦੀ ਪਾਲਿਸੀ ਇਹਨਾਂ ਦੀ ਚੱਲ ਰਹੀ ਹੈ ਸਰਕਾਰਾਂ ਦੀ ਜੀ। ਬਿਲਕੁਲ, ਤੁਮ 84 ਮਤ ਖੋਲੋ, ਹਮ ਗੋਦਰਾ ਨਹੀਂ ਖੋਲੇਗੇ, ਬਸ 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 ਮੇਨ ਚੀਜ਼ ਇਹ ਗੱਲ ਹੈ ਤੇ ਉਹਦੇ ਵਿੱਚ ਹੈ ਕਿ 84 ਨਾ ਚੁੱਕੋ, ਅਸੀਂ ਗੋਦਰਾ ਨਹੀਂ ਚੁੱਕਦੇ। ਉਹਨਾਂ ਨੇ ਸਿੱਧਾ ਸਿੱਧਾ ਫਾਰਮੂਲਾ ਅਪਣਾਇਆ, ਨਹੀਂ ਤਾਂ ਜੇ ਕਹਿੰਦੇ ਸੀ ਸੱਜਣ ਕੁਮਾਰ ਤੇ ਔਰ ਟਾਈਟਲਰ ਤੇ ਇੰਨੇ ਆਰੋਪ ਲੱਗੇ ਹੋਏ ਨੇ, ਉਹਨਾਂ ਨੂੰ ਸਜ਼ਾਵਾਂ ਵੱਲ ਲੈ ਕੇ ਜਾ ਰਹੇ ਹਾਂ ਅਸੀਂ ਜੀ ਜੀ। ਕਿੰਨੇ ਕੇਸ ਦੁਬਾਰਾ ਖੁੱਲ ਗਏ, SIT ਦੁਬਾਰਾ ਫਾਰਮ ਹੋ ਗਈ, ਆਮ ਆਦਮੀ ਪਾਰਟੀ ਆਈ ਸੀ, 3.5 ਸਾਲ ਹੋ ਗਏ ਨੇ ਜੀ ਬੀਜੇਪੀ ਸਰਕਾਰ ਹੈਗੀ ਹੈ ਕੇਂਦਰ ਵਿੱਚ ਪੂਰੀ ਮੈਜੋਰਿਟੀ 'ਚ, ਅੱਜ ਤੱਕ 84 ਵਾਲੇ ਕੇਸ ਦਾ ਇੱਕ ਸੂਈ ਵੀ ਨਹੀਂ ਹਿੱਲੀ ਆਪਣੀ ਥਾਂ ਤੋਂ। ਰਿਵਰਸ ਵਜਾ ਕਹਿ ਸਕਦੇ ਹਾਂ ਕਿਉਂਕਿ ਜਿਹੜੇ 84 ਦੇ ਬੰਦ ਕਰਨ ਨੂੰ ਕਹਿੰਦੇ 84 ਦੇ ਜਿਹੜੇ ਗਵਾਹ ਨੇ ਉਹਨਾਂ ਦੀ ਜਿਹੜੀ ਉਹ ਸਿਕਿਉਰਿਟੀ ਉਹ ਖੋਲੀ ਗਈ ਹੈ, ਸਿਕਿਉਰਿਟੀ ਵੀ ਖੋਲੀ ਗਈ ਹੈ। ਉਸ ਤੋਂ ਇਲਾਵਾ ਕਈ ਕੇਸ ਦੇਖ ਰਹੇ ਹੋ, ਇੱਥੇ ਇੱਕ ਪਿੱਛੇ ਟੀਵੀ ਸਕਰੀਨ ਲੱਗੀ ਹੋਈ ਹੈ, ਵੀਰ ਜੀ ਤੁਹਾਨੂੰ ਦਿਖਾ ਰਹੇ ਨੇ, ਔਰ ਇਹ ਬੱਚਿਆਂ ਨੂੰ ਸਟੋਰੀ ਰਾਹੀਂ ਜਿਹੜਾ ਇਨਵਾਇਰਮੈਂਟਲ ਨਾਲ ਕਿਸ ਤਰ੍ਹਾਂ ਉਹ ਸਾਰਾ ਜੁੜਨ ਦੀ ਕੀਤੀ ਜਾ ਰਹੀ ਹੈ ਇਹਦੇ ਬਾਰੇ ਬਾਕੀ ਅਸੀਂ ਜਾਣਕਾਰੀ ਲੈਂਦੇ ਹਾਂ ਭੈਣ ਜੀ ਤੋਂ। ਭੈਣ ਜੀ ਇਸ ਬਾਰੇ ਥੋੜ੍ਹਾ ਜਿਹਾ ਰੋਸ਼ਨੀ ਪਾਓ ਜਿਹੜਾ ਚੱਲ ਰਿਹਾ ਪ੍ਰੋਗਰਾਮ। ਵਾਹਿਗੁਰੂ ਜੀ, ਇਸ ਵਾਰੀ ਅਸੀਂ ਕੰਸੈਪਟ ਰੱਖਿਆ ਇੱਕੋ ਸਿੱਖ ਦਾ ਕਿ ਅਸੀਂ ਇਨਵਾਇਰਮੈਂਟ ਨਾਲ ਬੱਚਿਆਂ ਨੂੰ ਕਿਵੇਂ ਜੋੜ ਸਕਦੇ ਹਾਂ, ਕਿਉਂਕਿ ਸਾਰਿਆਂ ਨੂੰ ਇਹੀ ਲੱਗਦਾ ਹੈ ਬੱਚਿਆਂ ਨੂੰ ਜ਼ਿਆਦਾਤਰ ਕ੍ਰੈਕਰਸ ਨਾਲ ਬਹੁਤ ਪਿਆਰ ਹੁੰਦਾ ਹੈ ਤੇ ਉਹ ਕਈ ਨਾ ਕਿਤੇ ਨਾ ਕਿਤੇ ਇਨਵਾਇਰਮੈਂਟ ਨੂੰ ਖਰਾਬ ਕਰ ਰਹੇ ਹੁੰਦੇ ਨੇ, ਪਰ ਉਹਨਾਂ ਨੂੰ ਸਮਝ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਗੁਰੂ ਹਰਿਰਾਏ ਸਾਹਿਬ ਜੀ ਬਾਰੇ ਜੋੜ ਰਹੇ ਜੋ ਸਾਨੂੰ ਸਿੱਖਿਆ ਦਿੰਦੇ ਆ ਕਿ ਇਨਵਾਇਰਮੈਂਟ ਨੂੰ ਕਿਵੇਂ ਕਲੀਨ ਰੱਖਣਾ, ਕਿਵੇਂ ਕਰਨਾ, ਤੇ ਅਸੀਂ ਉਹਨਾਂ ਦੀ ਜੀਵਨੀ ਉਹਨਾਂ ਨੂੰ ਥੋੜ੍ਹੀ ਜਿਹੀ ਦਿਖਾਈ ਹੈ ਤੇ ਇੱਕ ਸ਼ਾਰਟ ਮੂਵੀ ਹੈ ਜਿਹਦੇ ਵਿੱਚ ਅਸੀਂ ਇਹੀ ਦਿਖਾਇਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹੱਤਾ ਐਕਚੁਅਲ ਮੀਨਿੰਗ ਕੀ ਹੈ। ਜੇ ਅਸੀਂ ਆਪਣੀ ਮਾਂ ਨੂੰ ਗੰਦਾ ਨਹੀਂ ਕਰ ਦੇਖ ਸਕਦੇ ਤੇ ਅਸੀਂ ਧਰਤੀ ਮਾਂ ਨੂੰ ਵੀ ਗੰਦਾ ਨਹੀਂ ਕਰ ਸਕਦੇ, ਤੇ ਉਹਦੇ ਹੀ ਅਸੀਂ ਇਹ ਸਾਰੀ ਚੀਜ਼ਾਂ ਰੱਖੀਆਂ ਤੇ ਇੱਕ ਉੱਥੇ ਤੁਸੀਂ ਦੇਖ ਰਹੇ ਹੋ ਵੀਲ ਵੀ ਹੈ ਜਿਹਦੇ 'ਚ ਅਸੀਂ ਪਲੇ ਟਾਈਪ ਰੱਖਿਆ ਹੋਇਆ ਕਿ ਜਿਹੜੇ ਵੀ ਸਪਿਨ 'ਚ ਜੋ ਨੰਬਰ ਆਏਗਾ ਉਸ ਟਾਈਪ ਦਾ ਅਸੀਂ ਉਹਨੂੰ ਕੁਐਸਚਨ ਪੁੱਟ ਅਪ ਕਰਦੇ ਹਾਂ। ਜੀ ਬਿਲਕੁਲ ਭੈਣ ਜੀ, ਜਿਹੜਾ ਤੁਸੀਂ ਕਰ ਰਹੇ ਹੋ ਪਵਨ ਗੁਰੂ ਪਾਣੀ ਪਿਤਾ ਦਾ ਜਿਹੜਾ ਹੈ ਗੁਰਬਾਣੀ ਦੀ ਇਸ 'ਤੇ ਬਿਲਕੁਲ ਆਧਾਰਿਤ ਜੋ ਕਰ ਰਹੇ ਹੋ, ਠੀਕ ਹੈ, ਅਤੇ ਇਹਦੇ 'ਤੇ ਹੋਰ ਜਿਹੜਾ ਇਸ ਤੋਂ ਇਲਾਵਾ ਬੱਚਿਆਂ ਨੂੰ ਮਤਲਬ ਪੰਜਾਬੀ ਮਾਂ ਬੋਲੀ ਨਾਲ ਜੋੜਨ ਦਾ ਜਾਂ ਹੋਰ ਉਸ ਤੋਂ ਇਲਾਵਾ ਕੀ ਉਪਰਾਲਾ ਕਰ ਰਹੇ ਹੋ ਉਹਦੇ ਬਾਰੇ ਥੋੜ੍ਹਾ ਦੱਸੋ। ਵਾਹਿਗੁਰੂ ਜੀ, ਅਸੀਂ ਹਮੇਸ਼ਾ ਹੈ ਉਪਰਾਲਾ ਇਸੇ ਲਈ ਹੁੰਦਾ ਕਿ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਕਾਨਵੈਂਟ ਸਕੂਲ ਵੀ ਹੈ ਸਾਡੇ ਸਿੱਖ ਸਕੂਲ ਵੀ ਹੈ, ਬਟ ਕਾਨਵੈਂਟ ਸਕੂਲ 'ਚ ਰਹਿੰਦੇ ਰਹਿੰਦੇ ਕਿੱਥੇ ਨਾ ਕਿੱਥੇ ਅਸੀਂ ਉਹ ਪੰਜਾਬੀ ਮਾਂ ਬੋਲੀ ਖਤਮ ਕਰਦੇ ਜਾ ਰਹੇ ਹਾਂ, ਕਿਤੇ ਮਾਂ ਪਿਓ ਵੀ ਜ਼ਿਆਦਾਤਰ ਇੰਗਲਿਸ਼ 'ਚ ਬੋਲਣ ਨੂੰ ਉਹਨਾਂ ਨੂੰ ਹੁੰਦਾ ਕਿ ਸਾਡਾ ਬੱਚਾ ਐਜੂਕੇਟ ਹੋ ਰਿਹਾ ਇੰਗਲਿਸ਼ ਬੋਲ ਕੇ, ਪਰ ਸਾਨੂੰ ਆਪਣੀ ਮਾਤਰ ਭਾਸ਼ਾ ਜਾਂ ਸਾਨੂੰ ਆਪਣੀ ਮਾਂ ਬੋਲੀ ਨਾਲ
ਜੋੜਦੇ ਹਾਂ, ਸਿੱਖ ਇਤਿਹਾਸ ਨਾਲ ਜੋੜਦੇ ਹਾਂ ਅਤੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਆਪਣੇ ਗੁਰੂ ਸਾਹਿਬਾਨ ਬਾਰੇ ਪਤਾ ਰਹਿੰਦੀਆਂ ਨੇ ਕਿ ਕੀ ਹੈ, ਕਿਵੇਂ ਕਰਨਾ ਹੈ, ਸਾਡੇ ਸਿਧਾਂਤ ਕੀ ਹੈ, ਅਸੀਂ ਕਿਵੇਂ ਪੱਕੇ ਰਹਾਂਗੇ। ਇਹ ਵੀ ਹੁੰਦਾ ਕਿ ਅਸੀਂ ਬਹੁਤ ਕੰਮ ਕਰਦੇ ਹਾਂ ਫਲਾਂ ਦੇ ਉੱਤੇ, ਬਹੁਤ ਕੰਮ ਕਰਦੇ ਹਾਂ ਰੁੱਖਾਂ ਦੇ ਉੱਤੇ, ਪਰ ਜੜ੍ਹਾਂ 'ਤੇ ਕੋਈ ਕੰਮ ਨਹੀਂ ਕਰਦਾ। ਜੇ ਜੜ੍ਹ ਸਹੀ ਹੋਏਗੀ ਤਾਂ ਰੁੱਖ ਫਲ ਸਾਰੇ ਉਹ ਇਸ ਤਰੀਕੇ ਦੇ ਨਿਕਲਣਗੇ। ਬਹੁਤ ਬਹੁਤ ਧੰਨਵਾਦ ਭੈਣ ਜੀ, ਤੁਸੀਂ ਸਾਰੇ ਇਸ ਪ੍ਰੋਗਰਾਮ ਬਾਰੇ ਸਾਨੂੰ ਦੱਸਿਆ ਅਤੇ ਅਸੀਂ ਫਿਰ ਵਾਪਸ ਚੱਲਦੇ ਹਾਂ ਵੀਰ ਜੀ ਮੋਂਟੀ ਵੀਰ ਜੀ ਕੋਲੋਂ। ਮੋਂਟੀ ਵੀਰ ਜੀ, ਜਿਹੜਾ ਤੁਸੀਂ ਜਿਹੜਾ ਲੈ ਕੇ ਆਏ ਹੋ ਸਾਨੂੰ ਇੱਥੇ ਦਿਖਾ ਰਹੇ ਹੋ, ਬਹੁਤ ਵਧੀਆ ਇੱਕ ਉਪਰਾਲਾ ਚੱਲ ਰਿਹਾ ਅਤੇ ਸਾਡੀ ਵਰਲਡ ਸਿੱਖ ਅਪਡੇਟ ਦੀ ਟੀਮ ਬਹੁਤ ਬਹੁਤ ਤੁਹਾਡੀ ਧੰਨਵਾਦੀ ਵੀਰ ਜੀ। ਫਿਲਹਾਲ ਇੱਥੇ ਆਪ ਜੀ ਤੋਂ ਇਜਾਜ਼ਤ ਲਾਂਗੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਹਗੜ੍ਹ ਜ਼ਰੂਰ ਦੇ। ਹਾਂਜੀ ਹਾਂਜੀ ਜ਼ਰੂਰ, ਲੋਹਗੜ੍ਹ ਆਓ ਜੀ ਜ਼ਰੂਰ।